ਜਿਸ ਨੂੰ ਤੂੰ ਬਲ ਬਖਸ਼ਿਆ ਉਸਨੇ ਸੰਸਾਰ ਵਿੱਚ ਆ ਕੇ ਉਸ ਬਲ ਨਾਲ ਕੰਮ ਕੀਤਾ। ਜਿਵੇਂ ਜਿਵੇਂ ਲੋੜ ਪਈ, ਜਿਸ ਤਰ੍ਹਾਂ ਦੀ ਜ਼ਰੂਰਤ ਤੂੰ ਦੇਖੀ, ਉਸੇ ਤਰ੍ਹਾਂ ਦਾ ਰੂਪ ਵਟਾਇਆ, ਉਹ ਜਿਹਾ ਬਲ ਲੈ ਕੇ ਆਇਆ ਔਰ ਆਣ ਕੇ ਕੰਮ ਕੀਤਾ। ਪ੍ਰਿਥਵੀ ਖੰਡਾ ਸਾਜ ਕੇ ਸਭ ਤੋਂ ਪਹਿਲਾਂ ਸਾਜਿਆ ਤੂੰ ਖੰਡਾ, ਮੌਤ ਮਰਨ ਲਿਖਾਏ ਮੰਡਲ ਮੈਂ ਆਏ। ਪਹਿਲੇ ਮਰਨਾ ਮੌਤ ਬਣਾਈ, ਆਖਿਆ ਜਿਸਨੇ ਜਮਣਾ ਉਸਨੇ ਮਰਨਾ ਜ਼ਰੂਰ ਹੈ। ਜੋ ਜਨਮੇ ਸੋ ਜਾਨੂ ਮੂਆ, ਜੋ ਕੋਈ ਜਮੇ ਇਹ ਸਮਝ ਲਓ ਵੀ ਮਰਨ ਵਾਸਤੇ ਜਮੇ, ਸਦਾ ਕਿਸੇ ਸੰਸਾਰ ਚ ਰਹਿਣਾ ਨਹੀਂ। ਜੋ ਕੋਈ ਆਇਆ ਜਾਣ ਵਾਸਤੇ ਆਇਆ, ਜੋ ਜਮੇ ਉਸਨੇ ਮਰਨਾ, ਪਰ ਜਨਮ ਤੋਂ ਲੈ ਕੇ ਮਰਨ ਤੱਕ ਜਿਤਨਾ ਸਮਾਂ ਉਸਨੇ ਸੰਸਾਰ ਚ ਰਹਿਣਾ, ਨੇਕੀ ਜਾਂ ਬਦੀ ਦੀਆਂ ਉਸਨੇ ਦੋ ਨਿਸ਼ਾਨੀਆਂ ਛੋੜ ਜਾਣੀਆਂ। ਨੇਕੀ ਕਰੇਗਾ ਤਾਂ ਸੰਸਾਰ ਵਿੱਚ ਜਸ ਹੋਏਗਾ, ਬਦੀ ਕਰਕੇ ਜਾਏਗਾ ਤਾਂ ਹਾਲ ਹੋਏਗਾ ਅੱਜ ਜਿਹੜਾ ਰਾਵਣ ਦਾ ਹੋਏਗਾ। ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਮੂਰਖ, ਮੂਰਖਾਂ ਚੋਂ ਮੂਰਖ ਕੌਣ ਹੈ? ਗਦਾ। ਇਸੇ ਵਾਸਤੇ ਰਾਵਣ ਨੂੰ ਜਦ ਵੀ ਬਣਾਇਆ ਅੱਜ ਦੇ ਦਿਨ ਸਾਰਨ ਵਾਸਤੇ ਤਾਂ ਉੱਤੇ ਸਿਰ ਖੋਤੇ ਦਾ ਰਹਿ, ਮੂਰਖਤਾ ਦੀ ਨਿਸ਼ਾਨੀ ਦੱਸੀ। ਇਤਨਾ ਪੜ੍ਹ ਲਿਖ ਗਿਆ ਪਰ ਮੂਰਖ ਹੋਣਾ ਨਾ ਗਿਆ, ਜਿਸ ਨੂੰ ਮੱਥਾ ਟੇਕਣਾ ਸੀ ਉਹਨੂੰ ਚੁੜਾ ਲਿਆ, ਜਿਸ ਦੀਆਂ ਅਸੀਸਾਂ ਲੈਣੀਆਂ ਪਰ ਉਸ ਨਾਲ ਮੱਥਾ ਲਾ ਬੈਠਾ। ਇਸ ਤੋਂ ਵੱਡਾ ਮੂਰਖ ਹੋਣਾ ਹੋਰ ਕੋਈ ਨੀ ਬੰਦੇ ਦਾ, ਕਿ ਜਿੱਥੋਂ ਕੁਝ ਹਾਸਲ ਹੋਣਾ ਹੋਵੇ ਉੱਥੋਂ ਹੀ ਮੁਨਕਰ ਹੋ ਜਾਏ, ਜਿੱਥੋਂ ਕੁਛ ਲੈਣਾ ਹੋਵੇ ਉੱਥੇ ਹੀ ਮੱਥਾ ਲਾ ਪਵੇ, ਤਾਂ ਸਮਝੋ ਉਸਦਾ ਕਾਲ ਨੇੜੇ ਆ ਗਿਆ। ਮੌਤ ਉਸਨੂੰ ਤਲਾਸ਼ ਕਰਦੀ ਫਿਰਦੀ ਹੈ, ਜਮ ਉਸਦੇ ਸਿਰ ਤੇ ਬੈਠਾ ਹੈ। ਚੌ ਵੇਦਾਂ ਦਾ ਵਕਤਾ ਸੀ ਰਾਵਣ, ਪਰ ਖਿਤਾਬ ਦਿੱਤਾ ਮੂਰਖ ਦਾ। ਲੰਕਾ ਗੜ ਸੋਨੇ ਕਾ ਪਿਆ, ਮੂਰਖ ਦਾ ਰਾਵਣ ਕਿਆ ਲੈ ਗਿਆ? ਸੋਨੇ ਦੀ ਲੰਕਾ ਲਈ ਜੋ ਛਲ ਨਾਲ ਸੀ। ਇੱਕ ਵਾਰੀ ਸ਼ਿਵਜੀ ਮਹਾਰਾਜ ਜਾ ਰਹੇ ਸੀ, ਨਾਲ ਸੀ ਪਾਰਵਤੀ। ਜਗ੍ਹਾ ਪਸੰਦ ਆ ਗਈ, ਪਾਰਵਤੀ ਨੇ ਆਖਿਆ ਸਵਾਮੀ ਮੇਰਾ ਜੀ ਕਰਦਾ ਇੱਥੇ ਇੱਕ ਮਹਿਲ ਹੋਵੇ, ਇਸ ਮਹਿਲ ਵਿੱਚ ਨਿਵਾਸ ਕਰਾਂ, ਜਿਤਨਾ ਪਾਉਣ ਪਾਣੀ ਅੱਛਾ ਇੱਥੋਂ ਦਾ, ਸਮੁੰਦਰ ਦਾ ਕਿਨਾਰਾ, ਬੜੇ ਚਿਰ ਤੋਂ ਪਾਲਦੀ ਸਾਂ, ਕੋਈ ਇਹੋ ਜਿਹੀ ਥਾਂ ਲੱਭੇ ਅੱਜ ਦਿੱਤੀ ਹੈ। ਕਹਿਣ ਲੱਗੇ ਪਾਰਵਤੀ ਸਾਨੂੰ ਕੀ ਲੋੜ ਹੈ ਨਵੀਆਂ ਉਪਾਧੀਆਂ ਖੜੀਆਂ ਕਰਨ ਦਾ, ਕੋਈ ਮਤਲਬ ਨਹੀਂ, ਗੁਜਰਾਨ ਕਰਨੀ ਹੈ, ਬਥੇਰੀਆਂ ਥਾਵਾਂ ਨੇ ਗੁਜਰਾਨ ਵਾਸਤੇ, ਇਹ ਉਚੇਚੇ ਅਡੰਬਰ ਕਰਨ ਦੀ ਲੋੜ ਨਹੀਂ। ਆ ਪਾਰਵਤੀ ਵਕਤ ਪਿਆ ਜਾਂਦਾ, ਛੇਤੀ ਚਲੀ।
ਪਰ ਹੱਥ ਕਰਕੇ ਬਹਿ ਗਏ। ਰਾਜੇ ਦਾ ਹੱਥ, ਜੋਗੀ ਦਾ ਹੱਥ, ਬਾਲ ਦਾ ਹੱਥ ਤੇ ਤ੍ਰਿਆ ਹੱਥ, ਇਹ ਚਾਰ ਹੱਥ ਹਨ ਔਰ ਬੜੇ ਜ਼ਬਰਦਸਤ। ਰਾਜਾ ਵੀ ਜਿਹੜਾ ਹਠੀ ਹੋ ਜਾਏ, ਹੱਥ ਕਰ ਬਹੇ, ਹਠੀ ਹੋ ਗਿਆ ਦੁਰਯੋਧਨ, ਬਈ ਮੈਂ ਪਾਂਡਵਾਂ ਨੂੰ ਸੂਈ ਦੀ ਨੋਕ ਜਿੰਨੀ ਥਾਂ ਨਹੀਂ ਦੇਣੀ। ਭਗਵਾਨ ਕ੍ਰਿਸ਼ਨ ਆਪ ਚੱਲ ਕੇ ਆਏ, ਤੁਹਾਡੇ ਭਾਈ ਹਨ, ਹੱਕ ਉਹਨਾਂ ਦਾ ਹੈ, ਅੱਧਾ ਰਾਜ ਤਾਂ ਉਨੀ ਉਹਨਾਂ ਦਾ ਬਣਦਾ ਹੈ, ਪਰ ਤੁਸੀਂ ਉਹਨਾਂ ਦੇ ਨਾਲ ਬੜਾ ਛਲ ਕੀਤਾ, ਬੜਾ ਕੁਪਟ ਕੀਤਾ, ਹੁਣ ਬਹੁਤ ਕੁਛ ਨਹੀਂ ਮੰਗਦੇ। ਮੈਂ ਇਸ ਵਾਸਤੇ ਚੱਲ ਕੇ ਆਇਆ ਵੀ ਪੰਜ ਪਿੰਡ ਦੇ ਦੇ ਗੁਜਰਾਨ ਕਰ ਲੈ। ਤੇ ਦੁਰਯੋਧਨ ਹੱਥ ਵਿੱਚ ਆਇਆ, ਕਹਿੰਦਾ ਪੰਜ ਪਿੰਡਾਂ ਦੀ ਗੱਲ ਕਰਨਾ, ਸੂਈ ਦੀ ਨੋਕ ਜਿੰਨੀ ਥਾਂ ਨਾ ਦਿਆਂ। ਸਾਹਿਬਾਨੀ ਵਿੱਚ ਆਖਦੇ ਨੇ ਹਮਰੀ ਭੂਮ ਕੌਣ ਗਾਲੇ ਪੈ, ਮੇਰੀ ਪੌਣੇ ਵਿੱਚ ਕੋਈ ਜਮਿਆ ਪੈਰ ਰੱਖਣ ਵਾਲਾ। ਇਸ ਹੱਥ ਪਿੱਛੇ ਕਈ ਕਤਲ ਹੋ ਗਏ, ਕਈ ਖੂਨ ਹੋ ਗਏ, ਪਾਣੀਆਂ ਤੋਂ ਲੜ ਪਏ ਜੱਟ, ਖੇਤ ਖੇਤ ਸੁੰਜਾ ਹੋ ਗਏ, ਕਿਉਂਕਿ ਖੇਤ ਦਾ ਮਾਲਕ ਹੀ ਨਾ ਰਿਹਾ। ਤੋ ਜਿਸ ਵੇਲੇ ਹੱਥ ਵਿੱਚ ਆ ਜਾਵੇ ਕੋਈ ਵੀ ਆ ਜਾਵੇ, ਇਹ ਹੱਥ ਬੜਾ ਬੁਰਾ। ਇੱਥੋਂ ਤੱਕ ਆਖਿਆ ਵੀ ਹੱਥ ਕਰ ਮਰੇ ਨਾ ਲਿਖੇ ਪਾ, ਮਨ ਹੱਥ ਕਰਮ ਕਮਾਵਦ, ਜਿਹੜੇ ਮਨ ਹੱਥ ਨਾਲ ਕਰਮ ਕਰਨੇ ਹਨ, ਰਸ ਨਾਲ ਕਰਨੇ ਹੋਰ ਹਨ, ਹੱਥ ਨਾਲ ਕਰਨੇ ਹੋਰ ਹਨ। ਫਿਰ ਵੀ ਜੇ ਕਿਸੇ ਸ੍ਰੇਸ਼ਟ ਕਾਰਜ ਦਾ ਹੱਥ ਹੋਵੇ ਤਾਂ ਚੰਗਾ ਹੈ, ਇਹੋ ਜਿਹਾ ਬੁਰਾ ਹੱਥ ਬੰਦਾ ਕਰ ਪਵੇ ਜਿਸਦਾ ਕੋਈ ਫਲ ਫਾਇਦਾ ਨਹੀਂ, ਤੋ ਬਿਨਾਂ ਪਛਤਾਏ ਹੋਰ ਕੁਛ ਪ੍ਰਾਪਤ ਨਹੀਂ ਹੁੰਦਾ। ਹੱਥ ਕਰ ਬੈਠੀ ਪਾਰਵਤੀ, ਵੀ ਮੈਂ ਤਾਂ ਇੱਥੇ ਮਾਲ ਬਣਾਉਣਾ, ਤੁਹਾਡੇ ਅੱਗੇ ਕਿਹੜੀ ਵੱਡੀ ਗੱਲ ਹੈ, ਤੁਸਾਂ ਤਾਂ ਕਹਿ ਹੀ ਦੇਣਾ ਵਿਸ਼ਕਰਮਾ ਨੂੰ ਬਣਾ ਦੇ। ਕਹਿਣ ਲੱਗੇ ਚੰਗਾ ਕਹਿ ਦੇ। ਵਿਸ਼ਕਰਮਾ ਨੂੰ ਸੱਦਿਆ, ਜਿਸ ਵੇਲੇ ਕਹਿਣ ਲੱਗੇ ਵੀ ਇੱਥੇ ਮਾਲ ਬਣਾ ਦੇ, ਤਾਂ ਕਹਿਣ ਲੱਗੀ ਮੈਂ ਤਾਂ ਸੋਨੇ ਦਾ ਬਣਾਉਣਾ, ਤੇ ਫਿਰ ਇਕੱਲਾ ਮਹੱਲ ਮੈਂ ਕੀ ਕਰਾਂ, ਵਿਚਕਾਰ ਮਹੱਲ ਹੋਵੇ ਤੇ ਆਸੇ ਪਾਸੇ ਵਧੀਆ ਹੋਵੇ ਸ਼ਹਿਰ, ਔਰ ਉਹ ਵੀ ਸੋਨੇ ਦਾ। ਜਿਵੇਂ ਪਾਰਵਤੀ ਕਹਿੰਦੀ ਗਈ ਤਿਵੇਂ ਬਣਦਾ ਗਿਆ। ਹੁਣ ਇਸ ਗੱਲ ਤੇ ਹੱਥ ਕੀਤਾ ਵੀ ਮਹੱਲ ਵਿੱਚ ਤਾਂ ਬਹਿਣਾ ਪਹਿਲਾਂ ਇਸਦੀ ਰੱਖ ਹੋਵੇ, ਪੰਡਿਤ ਬੁਲਾਓ ਵੇਦ ਪਾਠੀ ਜੋ ਮੰਤਰਾਂ ਦਾ ਉਚਾਰਨ ਕਰਨ ਤੇ ਇਹ ਮਹੱਲ ਸ਼ੁੱਧ ਹੋਵੇ, ਪਵਿੱਤਰ ਹੋਵੇ ਤੇ ਫਿਰ ਇਸ ਵਿੱਚ ਨਿਵਾਸ ਕਰਾਂ। ਇਸ ਵੇਲੇ ਪੰਡਿਤ ਆਏ, ਇਹਨਾਂ ਵਿੱਚ ਰਾਵਣ ਵੀ ਆਇਆ ਸੀ, ਬੜਾ ਵਿਦਵਾਨ, ਚਾਰ ਵੇਦ ਇਸਨੇ ਆਣ ਕੇ ਸੁਣਾਏ, ਪਰ ਇਸ ਸ਼ਰਤ ਨਾਲ ਵੀ ਜੋ ਮੰਗਾਂਗਾ ਸੋ ਲਵਾਂਗਾ। ਸ਼ਿਵ ਜੀ ਮੁਸਕਰਾਏ, ਕਿਉਂ ਪਾਰਵਤੀ, ਆਖਣ ਲੱਗੀ ਪ੍ਰਭੂ ਐਸਾ ਪੰਡਿਤ ਐਸਾ ਵਿਦਵਾਨ ਅੱਜ ਤਾਈ ਨਾ ਅੱਗੇ ਸੁਣੀਏ ਨਾ ਦੇਖੀਏ, ਇਹ ਸ਼ਰਤ ਮਾਮੂਲੀ ਹੈ, ਜੋ ਕੁਝ ਮੰਗੇਗਾ ਦੇ ਦਿਆਂਗੇ। ਹਾਂ ਪੰਡਿਤ ਤੂੰ ਸੁਣਾ ਚਾਰ ਵੇਦ। ਤਾਂ ਰਾਵਣ ਵੇਦ ਸੁਣਾਉਣ ਲੱਗਿਆ, ਸਿਰਫ ਸੁਣਾਏ ਨਹੀਂ ਨਾਲ ਟੀਕਾ ਵੀ ਕਰਦਾ, ਅਰਥ ਵੀ ਕਰਦਾ। ਜੋ ਅਰਥ ਰਾਵਣ ਨੇ ਕੀਤੇ ਹਨ ਵੇਦਾਂ ਦੇ, ਉਹ ਜਿਹਾ ਅਰਥ ਅਜੇ ਤੱਕ ਕਿਸੇ ਕੀਤਾ ਨਹੀਂ। ਇਸ ਵਾਸਤੇ ਰਾਵਣ ਦੇ ਕੀਤੇ ਹੋਏ ਅਰਥ ਨੂੰ ਪੰਜਵਾਂ ਵੇਦ ਮੰਨੇ, ਉਪਵੇਦ ਆਖਦੇ ਹਨ।
ਇਹ ਵੀ ਵੇਦਾਂ ਦਾ ਹੀ ਸਰੂਪ ਹੈ ਜਿਹੜਾ ਟੀਕਾ ਰਾਵਣ ਨੇ ਕੀਤਾ। ਜਿਸ ਵੇਲੇ ਰਾਵਣ ਨੇ ਚਾਰ ਵੇਦ ਸੁਣਾਏ ਤੇ ਹੁਣ ਵੇਲਾ ਆਇਆ ਦੇਣ ਦਾ ਤੇ ਕਹਿਣ ਲੱਗੇ ਮੰਨ ਵੀ ਪੰਡਿਤ ਕੀ ਮੰਗਦਾ। ਉਹਨੇ ਆਖਿਆ ਦਿਓਗੇ ਨਾ? ਹਾਂ ਬਚਨ ਕੀਤਾ। ਜੋ ਪਾਰਵਤੀ ਬਚਨ ਕੀਤਾ ਹੋਇਆ ਨਾ? ਹਾਂ ਪ੍ਰਭੂ ਕੀਤਾ ਹੋਇਆ। ਜੋ ਮੰਗੇਗਾ ਦੇ ਦਿਆਂਗੇ, ਕਿਹੜੇ ਕਾਲ ਹੈ ਸਾਡੇ ਘਰ। ਰਾਵਣ ਨੂੰ ਜਿਸ ਵੇਲੇ ਆਖਿਆ ਮੰਗ ਤਾਂ ਉਹਨੇ ਆਖਿਆ ਫਿਰ ਇਹ ਸਾਰੀ ਲੰਕਾ ਮੈਨੂੰ ਦੇ ਦੇ। ਜਿਤਨੀ ਲੰਕਾ ਹੈ ਜਿਸ ਮਹਿਲ ਦੀ ਰੱਖ ਕਰਨ ਵਾਸਤੇ ਇਕੱਠੇ ਹੋਏ ਹਨ ਸਾਰੇ, ਇਹਦੇ ਵਿੱਚ ਤੁਸੀਂ ਨਾ ਬਹੋ, ਇਸ ਵਿੱਚ ਹੁਣ ਮੈਂ ਹੀ ਰਵਾਂ। ਪਾਰਵਤੀ ਤਾਂ ਗੁੱਸੇ ਹੋ ਗਈ ਪਰ ਸ਼ਿਵ ਜੀ ਹੱਸ ਰਹੇ। ਹੋਰ ਗੁੱਸਾ ਆਇਆ ਵੀ ਮੈਂ ਇਹਦੀ ਦੁਖੀ ਹਾਂ ਤੇ ਤੁਸੀਂ ਪਹਿਸਦੇ ਹੋ, ਤੁਹਾਨੂੰ ਮੇਰੇ ਦੁੱਖ ਦਾ ਕੋਈ ਅਨੁਭਵ ਨਹੀਂ। ਕਹਿਣ ਲੱਗੇ ਪਾਰਵਤੀ ਮੈਂ ਤਾਂ ਬੜਾ ਖੁਸ਼ ਹਾਂ। ਅਖੀਰ ਕਿਸ ਗੱਲ ਤੇ? ਕਹਿਣ ਲੱਗੇ ਜੇ ਕਿਤੇ ਤੇਰੇ ਸਮੇਂ ਦੀ ਇਹ ਮੰਗ ਲੈਂਦਾ ਤੇ ਮੈਨੂੰ ਦੇਣਾ ਪੈਂਦਾ, ਕਿਉਂਕਿ ਬਚਨ ਕੀਤੀ ਬੈਠਾ ਤਾਂ ਸ਼ੁਕਰ ਹੈ ਇਹਦੀ ਮੱਤ ਤੇ ਪਰਦਾ ਪੈ ਗਿਆ। ਇਹਨੇ ਸਿਰਫ ਸੋਨੇ ਦੀ ਲੰਕਾ ਮੰਗੀ ਹੈ, ਤੈਨੂੰ ਨਹੀਂ ਮੰਗ ਲਿਆ। ਆਹ ਹੁਣ ਜਿਸ ਤਰ੍ਹਾਂ ਤੈਨੂੰ ਆਖਿਆ ਸੀ ਅਗਾਂ ਚਲੀਏ, ਉੱਠ ਚਲੀਏ, ਹੁਣ ਇਹ ਮਾਲਿਕ ਦਾ ਹੈ। ਛਲ ਨਾਲ ਜਿਸ ਵੇਲੇ ਰਾਵਣ ਨੇ ਲੰਕਾ ਲਈ ਤਾਂ ਪਾਰਵਤੀ ਜਾਣ ਲੱਗੀ ਤਾਂ ਜਾਂਦੀ ਹੋਈ ਸ਼ਰਾਪ ਦੇ ਗਈ, ਇਹ ਤੇਰੀ ਸੋਨੇ ਦੀ ਲੰਕਾ ਸਵਾਹ ਹੋ ਜਾਏ। ਇਹ ਜਿਹੜਾ ਤੂੰ ਸਾਡੇ ਨਾਲ ਛਲ ਕੀਤਾ, ਇਹ ਛਲ ਤੇਰਾ ਕਾਲ ਹੈ ਔਰ ਮੇਰੇ ਹੀ ਕਾਰਨ ਸਬੱਬ ਬਣੇਗਾ ਤੇਰੀ ਮੌਤ ਦਾ। ਪਾਰਵਤੀ ਦੇ ਰੂਪ ਵਿੱਚ ਸੀਤਾ, ਰਾਮ ਜੀ ਦੇ ਰੂਪ ਵਿੱਚ ਸ਼ਿਵਜੀ ਭਗਵਾਨ, ਉਹ ਵਿੱਚ ਬਣੀ ਸਾਰੀ ਰਾਵਣ ਦੇ ਮਾਰਨ ਦੀ ਤੇ ਸੋਨੇ ਦੀ ਲੰਕਾ ਸੁਆਹ ਹੋਣ। ਇਸ ਵਾਸਤੇ ਆਖਿਆ ਛਲ ਕਪਟ ਨਾ ਕਰੋ, ਜੋ ਵਾਹਿਗੁਰੂ ਨੇ ਦੇਣਾ ਉਹ ਤਾਂ ਦੇਣਾ ਹੀ ਹੈ, ਜੋ ਤੁਸੀਂ ਲੈਣਾ ਇਹ ਰਖਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਲੀਜੈ ਰੇ ਮਨ, ਜੋ ਕੁਛ ਲੈਣਾ ਹੀ ਉਹ ਛਲ ਕਪਟ ਨਾਲ ਨਾ ਲੈ। ਕਿਉਂ ਛਲ ਕਰਕੇ ਲਏਗਾ? ਕੋਈ ਤੈਨੂੰ ਛਲਣ ਵਾਲਾ ਆ ਜਾਏਗਾ? ਕਿਸੇ ਨੂੰ ਤੂੰ ਕਪਟ ਕਰਕੇ ਛਲ ਕੇ ਲਵੇਗਾ, ਕੋਈ ਤੈਨੂੰ ਛਲ ਕੇ ਕਪਟ ਕਰਕੇ ਤੈਨੂੰ ਖੋ ਕੇ ਲੈ ਜਾਏਗਾ, ਫਿਰ ਤੂੰ ਦੁਖੀ ਹੋਏਗਾ। ਜੇ ਸੁਖ ਲੈਣਾ ਹੀ ਤਾਂ ਛਲ ਕਪਟ ਤਿਆਗ ਲੈ। ਸਾਰ ਸਿੰਘ ਬੋਲੋ ਸ੍ਰੀ, ਕਿਉਂਕਿ ਅੰਤਰ ਕਪਟ ਸਦਾ ਦੁੱਖ ਹੈ, ਮਨ ਮੁੱਖ ਧਿਆਨ ਨਾ ਲਾਗੇ। ਉਹ ਫਿਰ ਸਮਾਂ ਆ ਗਿਆ, ਵਿਧ ਬਣ ਗਈ। ਰਾਮ ਜੀ ਆ ਗਏ ਰਾਵਣ ਨੂੰ ਮਾਰਨ ਵਾਸਤੇ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਰਾਮ ਜੀ ਨੇ ਇਹ ਬਲ ਕਿੱਥੋਂ ਲਿਆ? ਐਡਾ ਪ੍ਰਤਾਪੀ ਰਾਮ ਔਰ ਐਡਾ ਬਲੀ ਮਹਾਬਲੀ, ਤਾਂ ਮੇਰੇ ਸਾਹਿਬ ਕਲਗੀਧਰ ਪਾਤਸ਼ਾਹ ਆਖਦੇ ਨੇ ਤੈਥੋਂ ਹੀ ਬਲ ਰਾਮ ਲੈ। ਇਹ ਰਾਮ ਨੇ ਬਲ ਤੈਥੋਂ ਲਿਆ, ਸਭ ਕਿਸੇ ਨੇ ਤੈਥੋਂ ਬਲ ਪਾਇਆ ਹੈ। ਜਿੰਨਾ ਚਿਰ ਤੂੰ ਬਲ ਨਾ ਦੇਵੇਂ ਕੋਈ ਕੁਛ ਕਰ ਨਹੀਂ ਸਕਦਾ। ਪ੍ਰਥਮੇ ਖੰਡਾ ਸਾਜ ਕੇ ਸਭ ਤੋਂ ਪਹਿਲਾਂ ਬਣਾਈ ਤੂੰ ਮੌਤ, ਸੰਸਾਰ ਦੀ ਰਚਨਾ ਪਿੱਛੋਂ ਕੀਤੀ, ਪਹਿਲਾਂ ਖੰਡਾ ਸਾਜਿਆ। ਕਿਉਂਕਿ ਜਿਹੜੇ ਜੰਮਣੇ ਹਨ ਉਹਨਾਂ ਨੇ ਮਰਨਾ ਵੀ ਹੈ, ਇਹ ਤਾਂ ਚਾਰ ਦਿਨ ਦੀ ਜ਼ਿੰਦਗੀ ਹੈ। ਜਿਵੇਂ ਆਖਿਆ ਖੇਡਣ ਦੇ ਦਿਨ ਚਾਰ ਨੀ ਮਾਏ, ਇਹ ਮਾਏ ਚਾਰ ਦਿਨ ਖੇਡਣ ਦੇ ਹਨ। ਜਿਵੇਂ ਇਹ ਦਿਨ ਮੁੱਕ ਜਾਣੇ ਹਨ ਇਹਨਾਂ ਸਦਾ ਨਹੀਂ ਰਹੇ। ਇਸੇ ਤਰ੍ਹਾਂ ਜੋ ਕੋਈ ਸੰਸਾਰ ਵਿੱਚ ਆਇਆ ਉਹਨੇ ਸਦਾ ਰਹਿਣਾ ਨਹੀਂ।
ਜਾਣ ਵਾਸਤੇ ਆਇਆ। ਸੁਪ੍ਰਿਥਵੇਂ ਖੰਡਾ ਸਾਜ ਕੇ ਦੈਸਾਂ ਦਾ ਨਾਸ ਕਰਾਇਆ, ਸੁਪ੍ਰਿਥਵੇਂ ਖੰਡਾ ਸਾਜ ਕੇ ਜਿਨ ਸਭ ਸੰਸਾਰ ਉਪਾਇਆ, ਤੈਂ ਦੁਰਗਾ ਸਾਜ ਕੇ ਦੈਸਾਂ ਦਾ ਨਾਸ ਕਰਾਇਆ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਤੈ ਸਿਰਕਾਇਆ, ਤੈ ਸਿਰ ਦਸ ਦਿਮਾਗ ਇਕੱਠੇ ਹੋਏ ਹੋ ਕੀ ਕੁਛ ਨਾ ਕਰ ਸਕਣ। ਇਸੇ ਵਾਸਤੇ ਰਾਵਣ ਐਡਾ ਪ੍ਰਤਾਪੀ ਸੀ ਕਿ ਇੱਕ ਦਿਮਾਗ ਨਾਲ ਨਹੀਂ ਸੀ ਸੋਚਦਾ, ਦਸ ਦਿਮਾਗ ਸਨ ਇਸਦੇ। ਇੱਥੋਂ ਤੱਕ ਚਾਹੁੰਦਾ ਸੀ ਕਿ ਮੈਂ ਸਵਰਗ ਨੂੰ ਪੌੜੀਆਂ ਲਾਉਂਦੀ ਔਰ ਕੁੰਜੀ ਰੱਖਣੀ ਹੈ ਆਪਣੇ ਕੋਲ, ਜਿਸ ਤੇ ਮੇਰੀ ਖੁਸ਼ੀ ਹੋਵੇਗੀ ਉਹਨੂੰ ਬੂਹਾ ਖੁੱਲੇਗਾ, ਉਹ ਸਵਰਗ ਨੂੰ ਜਾ ਸਕੇਗਾ, ਮੇਰੇ ਚਿੱਤ ਬਿਨਾਂ ਕੋਈ ਸਵਰਗ ਨਾ ਜਾਏ। ਪਰ ਮਨ ਕੀ ਮਨ ਹੀ ਮਹੇ ਰਹੀ, ਮਨ ਦੀ ਮਨ ਵਿੱਚ ਰਹਿ ਗਈ, ਸਵਰਗ ਨੂੰ ਪੌੜੀਆਂ ਲਾਉਂਦਾ ਸੋਚਦਾ ਰਿਹਾ ਲਾਹ ਨਾ ਸਕਿਆ। ਕਾਲ ਬਾਵੇ ਨਾਲ ਬੱਧਾ ਸੀ, ਅੱਜ ਮਾਰਦਾ ਕੱਲ ਮਾਰਦਾ, ਅਖੀਰ ਕਾਲ ਨੇ ਰਾਵਣ ਨੂੰ ਮਾਰ ਲਿਆ। ਗੁਰੂ ਅਮਰਦਾਸ ਪਾਤਸ਼ਾਹ ਨੇ ਦਰਗਾਹ ਨੂੰ ਪੌੜੀਆਂ ਬੰਨ ਦਿੱਤੀਆਂ, ਸਵਰਗ ਨੂੰ ਨਹੀਂ ਦਰਗਾਹ ਨੂੰ ਪੌੜੀਆਂ ਬੱਧੀਆਂ। ਤੇ ਫਿਰ ਚਾਬੀ ਆਪਣੇ ਕੋਲ ਨਹੀਂ ਰੱਖੀ, ਚਾਬੀ ਸੰਗਤ ਨੂੰ ਬਖਸ਼ ਦਿੱਤੀ। ਆਖਿਆ ਜਿਹੜਾ ਮਰਜ਼ੀ ਇਹ ਪੌੜੀਆਂ ਚੜ ਜਾਏ, ਦਰਗਾਹ ਨੂੰ ਜਾਏ, ਕਿਉਂਕਿ ਆਪਣਾ ਵਿੱਚ ਕੋਈ ਸਵਾਰਥ ਨਹੀਂ, ਸੰਸਾਰ ਦਾ ਭਲਾ ਕਰਨ ਵਾਸਤੇ ਆਏ। ਜੋ ਸੰਸਾਰ ਦਾ ਭਲਾ ਕਰਨ ਵਾਸਤੇ ਆਏ ਹਨ ਉਹਨਾਂ ਦੀਆਂ ਅੱਜ ਯਾਦਗਾਰਾਂ ਕਾਇਮ ਹਨ, ਔਰ ਉਹਨਾਂ ਨੂੰ ਕਿਵੇਂ ਮੱਥੇ ਚ ਚੀਂਦੇ ਹਨ, ਉਹਨਾਂ ਦਾ ਨਾਮ ਜਗਤ ਤੇ ਰੋਸ਼ਨ ਹੈ। ਔਰ ਜਿਹੜੇ ਐਡੇ ਬਲ ਵਾਲੇ ਐਡੇ ਪ੍ਰਤਾਪੀ ਵੀ ਸੰਸਾਰ ਤੇ ਆਏ, ਚਲੇ ਉਹ ਵੀ ਗਏ ਪਰ ਪਿੱਛੇ ਆਪਣਾ ਅਪ ਜਪ ਛੱਡ ਗਏ। ਬ੍ਰਾਹਮਣ ਜਾਣ ਕੇ ਤਾਂ ਹੁਣ ਵੀ ਰਾਵਣ ਦੇ ਪੁੱਤਰੇ ਨੂੰ ਪਹਿਲਾਂ ਮੱਥਾ ਟੇਕਣਾ ਵੀ ਬ੍ਰਾਹਮਣ ਹੈ, ਤੇ ਫਿਰ ਉਸ ਤੋਂ ਬਾਅਦ ਤੀਰਾਂ ਦੀ ਬੁਛਾਰ ਕਰਨੀ ਵੀ ਬ੍ਰਾਹਮਣਾ ਲੱਖ ਲਾਨਤ ਹੈ, ਐਡਾ ਪ੍ਰਤਾਪੀ ਤੇ ਐਡਾ ਸਿਆਣਾ ਹੋ ਕੇ ਕਰਮ ਕਿਹੜਾ ਕੀਤੇ। ਸਿੱਧਾ ਪ੍ਰਤਾਪ ਸੀ, ਚੰਦ ਸੂਰਜ ਜਾ ਕੇ ਤਪਤ ਰਸੋਈ, ਮੈਂ ਸੰਤਰ ਜਾ ਕੇ ਕੱਪੜੇ ਧੋਈ। ਸਿੱਧਾ ਪਰਿਵਾਰ ਸੀ, ਇੱਕ ਲੱਖ ਪੂਤ ਸਵਾ ਲੱਖ ਨਾਤੀ, ਅਖੀਰ ਰਾਵਣ ਗਰਦੀਆ ਨਵਰ ਲੰਕਾ ਗੜ ਸੋਨੇ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਇਸ ਵਾਸਤੇ ਆਖਿਆ ਕਹਿ ਕਬੀਰ ਇਸ ਗੁਣ ਵਿਚਾਰ, ਕੁਛ ਵਿਚਾਰ ਕਰ, ਵਾਹਿਗੁਰੂ ਦੇ ਗੁਣਾਂ ਦਾ ਵਿਚਾਰ ਕਰ, ਕਿਤੇ ਐਸਾ ਨਾ ਹੋਵੇ ਤੇਰੀ ਮੱਤ ਵੀ ਕਦੇ ਕੋਈ ਐਸਾ ਪੜਦਾ ਪੈ ਜਾਏ ਔਰ ਤੂੰ ਵੀ ਆਪਣਾ ਸਭ ਕੁਝ ਸੁਆਹ ਕਰ ਪਵੇ। ਰਾਮ ਜੀ ਨੇ ਤੈਥੋਂ ਬਲ ਲੈ ਕੇ ਨਾਲ ਬਾਣਾ ਤੈ ਸਿਰ ਕਾਇਆ, ਤੈ ਸਿਰ ਨੂੰ ਬਾਣਾ ਦੇ ਨਾਲ ਕਾਇਆ ਮਾਰਿਆ। ਤੇ ਜਿਸ ਵੇਲੇ ਰਾਵਣ ਪਿਆ ਸੀ, ਰਾਮ ਜੀ ਕਹਿ ਰਹੇ ਸਨ ਲਕਸ਼ਮਣ ਰਾਜਨੀਤੀ ਮਰ ਰਹੀ ਹੈ, ਦੁਨੀਆਂ ਤੋਂ ਇੱਕ ਵੱਡਾ ਵਿਦਵਾਨ ਜਾ ਰਿਹਾ ਹੈ, ਜਾਂ ਕੋਈ ਸਮਤ ਲੈ ਲੈ। ਤੇ ਲਕਸ਼ਮਣ ਆਇਆ, ਬੁਲਾ ਬੁਲਾ ਥੱਕਿਆ, ਰਾਵਣ ਨਹੀਂ ਬੋਲਿਆ, ਪਰਤ ਕੇ ਆ ਗਿਆ ਜੀ ਉਹ ਤਾਂ ਬੋਲਦਾ ਹੀ ਨਹੀਂ, ਮੈਂ ਬਣੀ ਹਾਂ
ਫਵਾਜਾਂ ਦਿੱਤੀਆਂ, ਬੜੀਆਂ ਗੱਲਾਂ ਕੀਤੀਆਂ, ਕਿਸੇ ਇੱਕ ਗੱਲ ਦਾ ਵੀ ਉੱਤਰ ਨਹੀਂ ਮਿਲਿਆ। ਰਾਮ ਜੀ ਨੇ ਪੁੱਛਿਆ ਕਿਹੜੇ ਪਾਸੇ ਜਾ ਖਲੋਤਾ ਸੀ? ਅੱਗੇ ਜੀ ਸਿਰ ਵੱਲ। ਕਹਿਣ ਲੱਗੇ ਐਡਾ ਅਪਮਾਨੀ ਹੈ, ਉਹ ਤੈਨੂੰ ਉੱਤਰ ਨਹੀਂ ਸੀ ਦਿੱਤਾ, ਕਿਉਂਕਿ ਤੂੰ ਉਸਦੇ ਸਿਰ ਵਾਲੇ ਪਾਸੇ ਖੜੋ ਸੀ, ਉਹਨੂੰ ਪੁੱਛ ਰਿਹਾ ਸੀ। ਜੇ ਤੂੰ ਪੁੱਛਣਾ ਹੈ ਤਾਂ ਉਹਦੇ ਪੈਰਾਂ ਵੱਲ ਜਾ ਕੇ ਖੜੋ। ਮਰਿਆਦਾ ਵੀ ਇਹ ਹੈ, ਜਿਸ ਤੋਂ ਕੁਛ ਲੈਣਾ ਹੋਵੇ ਨਾ ਉਹਦੇ ਚਰਨਾ ਵੱਲ। ਦਸ ਸਿੰਘ ਬੋਲੋ ਸ੍ਰੀ ਅੱਜ ਦੁਸਹਿਰਾ ਹੈ, ਦਸ ਹੀਰਾ, ਦਸ ਸਿਰ ਸਨ ਜਿਸ ਦੇ, ਉਹ ਸਾਰੇ ਅੱਜ ਰਾਮ ਜੀ ਨੇ ਹਰ ਲਏ ਸਨ। ਤੇ ਬਾਣਾ ਦੀ ਸਹਿਜਾ ਤੇ ਫੁਲਾ ਦਿੱਤਾ ਹੈ, ਔਰ ਇਹ ਦੱਸ ਦਿੱਤਾ ਕਿ ਭਾਵੇਂ ਕੋਈ ਕਿੱਡਾ ਕੁਲੀਨ ਹੋਵੇ, ਉੱਚੀ ਕੁਲ ਦਾ ਹੋਵੇ, ਕਿੱਡਾ ਪ੍ਰਤਾਪੀ ਹੋਵੇ, ਕਿਤਨਾ ਕੁਛ ਕਿਉਂ ਨਾ ਹੋਵੇ, ਜੇ ਗਲਤ ਕਦਮ ਉਠਾਏਗਾ ਤਾਂ ਇਹ ਮਾਰਿਆ ਜਾਵੇ। ਜਿਵੇਂ ਅੱਜ ਰਾਵਣ ਜਾ ਰਹੇ ਹੈ, ਔਰ ਇਸ ਨੂੰ ਤੱਕੋ ਤੇ ਫਿਰ ਉਦਾਂ ਤੱਕੋ, ਵੇਖੋ ਤੇ ਉੱਤੇ ਸਭ ਤੋਂ ਉੱਤੇ ਸਿਰ ਖੋਤੇ ਦਾ ਹੈ। ਇਹ ਮੂਰਖਤਾ ਦੀ ਨਿਸ਼ਾਨੀ ਹੈ। ਜਿਹੜਾ ਵਿਦਵਾਨ ਹੋ ਕੇ ਵੀ ਇਸਨੇ ਅਮਲ ਨਹੀਂ ਕੀਤਾ ਜੋ ਕੁਝ ਪੜਿਆ ਸੀ, ਸਿਰਫ ਪੜਨ ਜੋਗਾ ਹੀ ਰਹਿ ਗਿਆ। ਤੋ ਖੁਦ ਅਮਲ ਕਰਨਾ, ਭਾਵੇਂ ਇੱਕ ਅੱਖਰ ਤੇ ਅਮਲ ਕਰੋ। ਸਹਿਬਾਸਿਨ ਏਕ ਅੱਖਰ ਹਰ ਮਨ ਬਸੈ, ਨਾਨਕ ਹੋਤ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ।